जो मेरे नबी का दुश्मन है उसके क्याम का बंदोबस्त करे और ईमानदारों में तफरीक पैदा करे। लादा घर होंगे मजीद होंगी लोग उसे रोते फिरते हैं गलियां सौन उसे रात को सौन पक्षा थले मजा आवे मजीद है गल नहीं चढ़ते तेन जी मैं कही तो वह बात मस्जिद है या दुनिया के बंदे इंसान जो रोते पैर सरकार मसीत होंगी वो वास्ते बनाई दी और सौने रात को पखे ला के दौ ए सी ला के दौ बंदे सौ रातूदार थलो जिन्हें बच्चे पढ़न दे सरगी तो बाद बच्चे उसे स्कूल खोलो पढ़ाई कर बच्चे आड़ा साडा मुल पौना तो वेखिया मुल पौना सानू अरबा रुपये च पैन डाई चंद वेखन डे सा बदमाश तो सब तो व्डे कायना जे बदमाश नहीं सऊदी है व्डा सब तो व्डा अगों ये वो कुत्ते ने। हाँ जी ये सारा रल मिल के दिखे भी चंद वेखन तो साढ़ा रबा रुपये खर्च हो गया शरीर आलता था दूजिया गया शरीर कुछ इन्हों का वक्रा कोई कानून है कोई वक्रा इन्हों का कोई अपना पूरी रियासत के अंदर रियासत एक उन्होंने अज रीरदारी सारे रले हुए सारे जब वैसी लकड़ बकड़ खाने वाले वो रले हुए सारे मुल्ला को बोलना देखे ਇੱਡੇ ਇੱਡੇ ਚੀਰ ਚੀਰ ਕੇ ਬਾਲ ਪੂਰੀ ਦੁਨੀਆਂ ਯਾਰ ਵਸਣ ਦੀ ਇਹੋ ਜਿਹਾ ਜੁਰਮ ਹੈਗੇ ਨੇ ਕਿਤੇ ਐਸਾ ਨਹੀਂ ਬਦਮਾਸ਼ੀ ਹੈ ਕਾਇਨਾਤ ਕਿਤੇ ਵੀ ਸਭ ਤੋਂ ਕਾਫਰ ਤਰੀਨ ਜਿਹੜਾ ਨਾ ਵੱਡਾ ਜ਼ਾਲਮ ਤਰੀਨ ਉਹ ਤਾਂ ਅਮਰੀਕੇ 'ਚ ਅਮਰੀਕਾ ਨਹੀਂ ਨਾਂ ਲਈਦਾ ਤਾਂ ਸਾਰੇ ਭਰਾ ਅੱਛੇ ਬੁਰੇ ਹੁੰਦੇ ਨੇ ਲੇਕਿਨ ਉੱਥੇ ਕੋਈ ਵੱਡਾ ਸਭ ਤੋਂ ਵੱਡਾ ਖੰਜੀਰ ਜਿਹੜਾ ਨਾ ਜ਼ਾਲਮ ਹੁੰਦੇ ਆ ਉੱਥੋਂ ਫਿਰ ਅੱਗੋਂ ਇਸ ਤਰ੍ਹਾਂ ਜਿਹੜਾ ਸਾਡਾ ਸਾਊਦੀਆ ਵਾਲੇ ਦੂਸਰਾ ਨੰਬਰ ਜ਼ਾਲਮ ਤਰੀਨ ਕਾਇਨਾਤ ਤੇ ਤੀਜਾ ਉਹ ਜਿਹੜਾ ਉਹ ਮੋਦੀ ਹੈ ਚੌਥਾ ਉਹਦਾ ਵਿਆਹ ਹੁਣ ਉੱਥੇ ਵੇਖੋ ਨਾ ਬੱਚਿਆਂ ਨੂੰ ਮਾਰੀ ਹੀ ਜਾਂਦਾ ਤੇ ਤੂੰ ਤਗੜਾ ਹੈ ਚਲੋ ਜੀ ਤੂੰ ਬਹੁਤ ਤਗੜਾ ਹੈ ਰਾਤ ਨਹੀਂ ਉਹ ਤੂੰ ਮਾਰੀ ਹੀ ਜਾ ਮਾਰੀ ਹੀ ਜਾ ਉਹ ਨੰਬਰ ਤੇ ਹੈ ਮੁਸਲਮਾਨ ਜ਼ਾਲਮਾਂ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਮੈਂ ਕਿਹਾ ਉੱਥੇ ਰਹਿੰਦੇ ਨੇ ਉਹ ਬੰਦੇ ਜਿਹੜੇ ਜ਼ਾਲਮ ਦੇ ਦੂਜੇ ਨੰਬਰ ਤੇ ਨਾ ਸਾਊਦੀ ਆ ਤੋਂ ਸਮਝਦਾ ਇੱਥੇ ਵੀ ਉਹੀ ਹੈ ਸਾਰਾ ਮੁਸਲਮਾਨ ਹੀ ਕਹਿਦਾ ਦੂਜੇ ਨੰਬਰ ਤੇ ਕਾਇਨਾਤ ਜੋ ਆਲਮ ਲੋਕ ਮੁਸਲਮਾਨ ਇਹ ਉਹੀ ਜਿਹੜਾ ਤੁਹਾਨੂੰ ਹੋਣ ਡਿਆ ਜ਼ਾਲਮ ਕਰਕੇ ਜਿਹੜਾ ਸਾਡੇ ਲੋਕਾਂ ਕੋਲੋਂ ਇਹ ਟੈਕਸ ਲੈਣ ਲੈਣ ਨਹੀਂ ਤਾਂ ਬੱਚੇ ਉਹਨਾਂ ਜਹਰ ਲੋਕ ਸਾਰੇ ਸੋਚ ਹੀ ਨਹੀਂ ਸਕਦੇ ਵੀ ਤੂੰ ਛੇ ਛੇ ਸੱਤ ਸੱਤ ਹਜ਼ਾਰ ਰੁਪਈਆ ਟੈਕਸ ਦੇਣ ਡਿਆ ਮਹੀਨੇ ਦਾ ਮਹੀਨੇ ਦਾ ਇੰਨਾ ਸਾਨੂੰ ਜ਼ੁਲਮ ਕਰਨਾ ਇਹਨਾਂ ਨੇ ਇਸ ਤਰ੍ਹਾਂ ਭਰਵਾ ਦੇਣੇ ਉਹ ਬੱਚੇ ਪਿਆਈ ਜਾਣ ਡਿਆ ਬੱਚਿਆਂ ਨੂੰ ਦੁੱਧ ਉਹ ਘਰੋਂ ਖਾ ਕੇ ਆਉਂਦੇ ਨੇ ਦਿੰਦਾ ਸਾਰਿਆਂ ਨੂੰ ਖਾਂਦੇ ਨੇ ਜਿੱਥੇ ਗੱਡਰ ਜਿਹੜੇ ਆਬਾਦੀ ਦੇ ਅੰਦਰ ਉੱਥੇ ਗੰਦ ਪਿਆ ਉਹਨੂੰ ਲੱਗ ਸਹੀ ਕਰ ਪਹਿਲਾਂ ਇਹ ਨਾ ਖੇਡਣਗੇ ਸਾਡੇ ਨਾਲ ਜਿਵੇਂ ਅਸੀਂ ਗੰਦੇ ਕੀੜੇ ਆ ਇਹ ਹੁਣ ਸਾਡੇ ਨਾਲ ਹੁਕਮਰਾਨ ਖੇਡਣ ਡਿਆ ਵੇਖ ਕਿੰਨੀ ਬਿੱਲ ਲੈ ਸਾਡੇ ਨਾਲ ਪੈਸਾ ਹੁਣ ਤੈਨੂੰ ਕਹਿੰਦੇ ਟੈਕਸ ਮੁਜਰਮ ਫਿਰ
ਤੇ ਫੌਜਾਂ ਦੇ ਪੁਲਸਰ ਗਏ ਯਾਰ ਇਹਨਾਂ ਦੇ ਧਰਮਾਂ ਦੇ ਸਾਰੇ ਸੋਹਣਾ ਲੱਗ ਜਿੰਨੇ ਤੇਰੇ ਜਮੀਨ ਕਿਹੜਾ ਨਜ਼ਰ ਆਇਆ ਜੇ ਕੋਈ ਸਹੀ ਹੈ ਤੂੰ ਹੈਰਾਨ ਹੋ ਜਾਣਾ ਕਾਤਲ ਮਜਲੂਮ